ਇਹ ਨੂਰਮਹਿਲ ਦੀ ਕਿਸੇ ਵੀ ਕੌਂਸਲਰ ਨੂੰ ਜਾਂ ਜਿਹੜੇ ਨੂਰਮਹਿਲ ਦੀ ਜਿਹੜੀ ਕਮੇਟੀ ਸੀ ਇੱਥੇ ਦਸਹਿਰਾ ਗਰਾਊਂਡ ਦੀ ਕਮੇਟੀ ਨੇ ਦੱਸਿਆ ਨਹੀਂ ਲਗਭਗ ਤੜਕੇ 4 ਵਜੇ ਇੱਕ ਟਰਾਲੀ ਖੜਦੀ ਹੈ ਇੱਥੇ ਆ ਕੇ ਉਹ 'ਚ ਮਲਵਾ ਸੱਟਿਆ ਜਾਂਦਾ ਹੈ ਤਸੱਲੀ ਦੇ ਨਾਲ ਉਹ ਸਮਾਨ ਇੱਥੋਂ ਚੱਕ ਕੇ ਲੈ ਕੇ ਜਾਂਦੇ ਆ ਤਨੀ ਵੀ ਹਾਂ ਵੀ ਚਲੋ ਥੋੜਾ ਥੋੜਾ ਕਰਕੇ ਇਹਨੂੰ ਕਰ ਹੀ ਦਈਏ ਵੀ ਚੱਲ ਯਾਰ ਬਾਅਦ 'ਚ ਕਿ ਟੱਟ ਗਿਆ ਬਾਅਦ 'ਚ ਕਿਹਨੇ ਕੀ ਪੁੱਛਣਾ ਇਹਨੂੰ ਢਾਉਣ ਦੇ ਲਈ ਜੰਗ ਬਹਾਦਰ ਕੋਲੀ ਹੁਣੀ ਠੀਕ ਹੈ ਜੀ ਤੇ ਨਾਲ ਦੀਪੂ ਕੌਂਸਲਰ ਦਾ ਕਹਿੰਦੇ ਹੱਥ ਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਛਣਕਾਟਾ ਟੀਵੀ ਨਿਊਜ਼ ਤੇ ਅੱਜ ਅਸੀਂ ਖੜੇ ਹਾਂ ਜੀ ਦਸਹਿਰਾ ਗਰਾਊਂਡ ਨੂਰਮਹਿਲ ਦੇ ਵਿੱਚ ਤੇ ਨੂਰਮਹਿਲ ਦੀ ਗਰਾਊਂਡ ਜਿਹੜੀ ਇੱਥੇ ਹੈਗੀ ਆ ਦਸਹਿਰਾ ਗਰਾਊਂਡ ਇੱਥੇ ਇੱਕ ਕ੍ਰਿਕਟ ਅਕੈਡਮੀ ਵੀ ਚੱਲਦੀ ਆ ਤੇ ਇੱਥੇ ਦਸਹਿਰਾ ਵੀ ਮਨਾਇਆ ਜਾਂਦਾ ਆ ਇੱਥੇ ਦੀ ਜਿਹੜੀ ਦਸਹਿਰਾ ਦੀ ਇੱਥੇ ਕਮੇਟੀ ਹੈਗੀ ਆ ਉਹਨਾਂ ਦਾ ਵੀ ਇੱਥੇ ਕਾਫੀ ਵਧੀਆ ਯੋਗਦਾਨ ਰਿਹਾ ਇੱਥੇ ਕੰਮਾਂ ਕਰਨ ਨੂੰ ਲੈ ਕੇ ਪਰ ਇੱਥੇ ਦੀ ਅੱਜ ਦੀ ਜੇ ਗੱਲ ਕਰੀਏ ਤੇ ਅੱਜ ਇੱਥੇ ਸਭ ਤੋਂ ਇੱਕ ਗੱਲ ਦੇਖਣ ਨੂੰ ਮਿਲੀ ਆ ਵੀ ਇੱਥੋਂ ਚੋਰਾਂ ਨੇ ਇੱਕ ਚੀਜ਼ ਚੋਰੀ ਕਰ ਲਈ ਚੋਰੀ ਕੀ ਕਰ ਲਈ ਤੁਸੀਂ ਸੋਚਦੇ ਹੋਵੋਗੇ ਵੀ ਇੱਥੋਂ ਕੋਈ ਸਮਾਨ ਚੱਕ ਲਿਆ ਹੋਊਗਾ ਕੋਈ ਕੁਰਸੀਆਂ ਟੇਬਲ ਚੱਕ ਲਿਆ ਹੋਊਗੇ ਕੋਈ ਇੱਦਾਂ ਦਾ ਚੱਕ ਲਿਆ ਨਹੀਂ ਜੀ ਇੱਥੋਂ ਚੋਰਾਂ ਨੇ ਸਟੇਡੀਅਮ ਚੋਰੀ ਕਰ ਲਿਆ ਹੈਰਾਨ ਹੁੰਦੇ ਹੋਵੋਗੇ ਵੀ ਸਟੇਡੀਅਮ ਚੋਰੀ ਕਿਵੇਂ ਹੋ ਗਿਆ ਸਟੇਡੀਅਮ ਚੋਰੀ ਇਸ ਕਰਕੇ ਹੋ ਗਿਆ ਕਿਉਂਕਿ ਅਸੀਂ ਵੀ ਹੈਰਾਨ ਸੀ ਵੀ ਸਟੇਡੀਅਮ ਲੋਕ ਕਿਵੇਂ ਚੱਕ ਕੇ ਲੈ ਗਏ ਪਰ ਉਸ ਤੋਂ ਬਾਅਦ ਵਿੱਚ ਪਤਾ ਜਦੋਂ ਲੱਗਾ ਵੀ 2 ਮਹੀਨੇ ਹੋ ਗਏ ਆ ਉਸ ਸਟੇਡੀਅਮ ਨੂੰ ਚੋਰੀ ਕਰਦਿਆਂ ਨੂੰ ਮਤਲਬ ਉਸ ਦੀਆਂ ਇੱਟਾਂ ਚੱਕਦਿਆਂ ਨੂੰ ਉਹਦੇ ਵਿੱਚੋਂ ਸੀਮੈਂਟ ਜਿਹੜਾ ਸਰੀਆ ਸੀ ਉਹ ਕੱਢਦਿਆਂ ਨੂੰ ਪਰ ਇੱਥੇ ਦੀ ਕਮੇਟੀ ਦੀ ਗੱਲ ਕਰ ਲਈਏ ਜਾਂ ਨੂਰਮਹਿਲ ਦੇ ਕਿਸੇ ਵੀ ਬੰਦੇ ਨੂੰ ਉਸ ਦੇ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ ਵੀ ਇਹ ਹੋ ਕੀ ਰਿਹਾ ਤੇ ਜਦੋਂ ਫਾਈਨਲੀ ਹੁਣ ਤੁਹਾਨੂੰ ਮੈਂ ਦਿਖਾ ਦਾਂ ਆਪਣੇ ਕੈਮਰਾ ਮੈਨੂੰ ਕਹਿੰਦਾ ਤਸਵੀਰਾਂ ਦਿਖਾ ਦੇਣ ਆਹ ਦੇਖੋ ਜੀ ਇਹ ਸਟੇਡੀਅਮ ਸੀ ਇੱਥੇ ਲਗਭਗ 1-2-3 ਪੌੜੀਆਂ ਬਣੀਆਂ ਹੋਈਆਂ ਸੀ ਤੇ ਇਹਦੇ ਵਿੱਚੋਂ ਜਿਹੜਾ ਥਲਾ ਹਿੱਸਾ ਸੀਗਾ ਉਹ ਪੂਰਦਾ ਪੂਰਾ ਹੀ ਚੋਰੀ ਕਰਕੇ ਲੈ ਗਏ ਤੇ ਇੱਥੇ ਕਿਸੇ ਵੀ ਪ੍ਰਸ਼ਾਸਨ ਦੇ ਵੱਲੋਂ ਜਾਂ ਕਿਸੇ ਵੀ ਨੂਰਮਹਿਲ ਦੇ ਜਿਹੜੇ ਵੀ ਆਪਣੇ ਹੈਗੇ ਆ ਮੇਨ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਆਪੱਤੀ ਨਹੀਂ ਜਤਾਈ ਕੋਈ ਕਾਰਵਾਈ ਨਹੀਂ ਕੀਤੀ ਦੇਖ ਲਓ ਵੀ ਇਹਦੇ ਵਿੱਚ ਇੱਟਾਂ ਲੱਗੀਆਂ ਸੀ ਸੀਮ ਸੀਗਾ ਆਪਣਾ ਸਰੀਏ ਵਗੈਰਾ ਸੀਗੇ ਸਾਰੇ ਸੀ ਇਹਦੇ ਵਿੱਚ ਹੁਣ ਇੱਥੇ ਇਸਰ ਤੋਂ ਸਿਰਫ ਇੱਕ ਚਾਰ ਦੀਵਾਰੀ ਜੀ ਰਹਿ ਗਈ ਇੱਕ ਉੱਪਰ ਸਿਰਫ ਰਹਿ ਗਿਆ ਉਹ ਵੀ ਪਤਾ ਨਹੀਂ ਕਿੱਦਣ ਇਹ ਚੋਰਾਂ ਨੇ ਚੱਕ ਕੇ ਲੈ ਜਾਣਾ ਆ ਪਰ ਇੱਕ ਹੈਰਾਨੀ ਵਾਲੀ ਗੱਲ ਜ਼ਰੂਰ ਆ ਵੀ ਹਮੇਸ਼ਾ ਵੀ ਲੋਕਾਂ ਦੇ ਕੋਲ ਇੰਨਾ ਇਹ ਚੋਰਾਂ ਦੇ ਕੋਲ ਹੁਣ ਇੰਨਾ ਟਾਈਮ ਹੋ ਗਿਆ ਆ ਇੰਨਾ ਟਾਈਮ ਇਹਨੇ ਸਾਧਨ ਬਣ ਗਏ ਆ ਲੋਕ ਕਹਿੰਦੇ ਵੀ ਇੱਥੇ ਬਾਈ ਹੁਣਾਂ ਦਾ ਵੀ ਸਾਡੀ ਗੱਲ ਹੋਈ ਕਹਿੰਦੇ ਨਸ਼ਈਆਂ ਨੇ ਕੰਮ ਕੀਤਾ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੇ ਕੰਮ ਕੀਤਾ ਪਰ ਉਹ ਲੋਕਾਂ ਕੋਲ ਵੀ ਇੰਨਾ ਸਾਧਨ ਹੋ ਗਿਆ ਇੰਨਾ ਟਾਈਮ ਹੋ ਗਿਆ ਵੀ ਉਹ ਟਰਾਲੀਆਂ ਭਰ ਕੇ ਇੱਥੋਂ ਜਿਹੜੀ ਸੀਗੀ ਇੱਡ ਚੱਕ ਕੇ ਲੈ ਗਿਆ ਸਰੀਏ ਚੱਕ ਕੇ ਲੈ ਗਏ ਅਤੇ ਹੁਣ ਇੱਥੇ ਅਸੀਂ ਸਾਡੇ ਨਾਲ ਦੀਪੂ ਬਾਈ ਹੁਣੀ ਮੌਜੂਦ ਨੇ ਜਿਹੜੇ ਇੱਕ ਮੌਜੂਦਾ ਕੌਂਸਲਰ ਵੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਇੱਥੇ ਇੱਕ ਕ੍ਰਿਕਟ ਅਕੈਡਮੀ ਵੀ ਚਲਾ ਰਹੇ ਨੇ ਅਤੇ ਬਿਲਕੁਲ ਜਿੱਥੇ ਇਸ ਅਕੈਡਮੀ ਚਲਾਈ ਜਾਂਦੀ ਉਹਦੇ ਬਿਲਕੁਲ ਸਾਹਮਣੇ ਇੱਕ ਛੋਟਾ ਜਿਹਾ ਸਟੇਡੀਅਮ ਸੀ ਜਿਹੜਾ ਲਗਭਗ ਪੂਰਦਾ ਪੂਰਾ ਢਾ ਦਿੱਤਾ ਗਿਆ ਹੈ ਅਤੇ ਇਹਨਾਂ ਨਾਲ ਬਾਰੇ ਗੱਲਬਾਤ ਕਰ ਲੈਂਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਚਾਲ ਹੈ ਫਿਰ ਬਹੁਤ ਵਧੀਆ ਜੀ ਬਾਜੀ ਨੂਰਮਹਿਲ ਦੇ ਵਿੱਚ ਅਨੋਖੀ ਘਟਨਾ ਹੋ ਗਈ ਸਟੇਡੀਅਮ ਚੋਰੀ ਹੋ ਗਿਆ ਲਗਭਗ 1.5-2 ਮਹੀਨੇ ਹੋ ਗਏ ਸਾਨੂੰ ਦੇ ਦੇਣ ਉਸ ਤੋਂ ਪਹਿਲਾਂ ਦੀ ਗੱਲ ਆ ਥੋੜਾ ਜਿਹਾ ਇੱਧਰ ਦੇਖੋ ਮੈਡਮ ਕੈਮਰਾ ਤੁਸੀਂ ਘੁਮਾਓ ਜਰਾ ਜੀ ਆ 2 ਪੌਡੇ ਸੀਗੇ ਜਿਹੜੇ ਇਹ ਟਿੱਥੇ ਸੀਗੇ 5 ਸਟੈਪ ਲੱਗਦੇ ਆ ਇਹਨੂੰ ਅੱਛਾ ਔਰ ਵਿੱਚੋਂ ਨਾ ਹੌਲੀ ਹੌਲੀ ਸਰੀਆ ਕਰਦੇ ਕੱਢਦੇ ਆ ਸਾਰਾ ਹੀ ਇਹਨਾਂ ਨੇ ਖੋਖਲਾ ਕਰਤਾ ਤੁਸੀਂ ਦੇਖਦੇ ਆ ਕਿਉਂਕਿ ਇਹ ਸਾਰਾ ਕੰਮ ਹੈਗਾ ਨਸ਼ਈਆਂ ਦਾ ਕੁਛ ਬੈਠੇ ਵੀ ਹੁੰਦੇ ਆ ਹੁਣ ਅਸੀਂ ਲਿਖਤੀ ਰਿਪੋਰਟ ਕਿੱਦਾਂ ਮੈਂ ਇੱਕ ਸ਼ਹਿਰ ਮੋਦਵਾਰ ਹੋਣ ਦੇ ਨਾਤੇ ਰਿਪੋਰਟਸ ਵੀ ਮੈਂ ਸਾਰਿਆਂ ਨੂੰ ਕਿਹਾ ਵੀ ਇੱਕ ਬਣਾ ਕੇ ਆਪਾਂ ਥਾਣੇ ਦੇ ਦਈਏ ਥੋੜਾ ਜਿਹਾ ਚਲੋ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਲਵੇ ਵੀ ਇੱਧਰਲੇ ਪਾਸੇ ਵੀ ਥੋੜਾ ਗੌਰ ਕਰੇ ਕਿਉਂਕਿ ਪੈਸਾ ਜਿਹੜਾ ਸਰਕਾਰ ਦਾ ਇੱਦਾਂ ਵੇਸਟ ਜਾਊਗਾ ਤਾਂ ਉਹਦਾ ਫਾਇਦਾ ਨਹੀਂ ਹੈਗਾ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਸਾਨੂੰ ਗਰਾਊਂਡ ਚਾਹੀਦੀਆਂ ਸਾਨੂੰ ਆਹ ਫੈਸਿਲਿਟੀਆਂ ਚਾਹੀਦੀਆਂ ਪਰ ਇਹਦੇ ਵੱਲ ਵੀ ਗੌਰ ਕਰਨਾ ਚਾਹੀਦਾ ਇਹ ਵੀ ਸਰਕਾਰ ਦਾ ਪੈਸਾ ਜਿਹੜਾ ਹੈ ਵੇਸਟ ਜਾ ਰਿਹਾ ਹੈ ਕਿਉਂਕਿ ਇੱਥੇ ਪਹਿਲਾਂ ਮਾਨਯੋਗ ਸਾਡੇ MP ਸੀਗੇ ਮੈਡਮ ਸੰਤੋਸ਼ ਚੌਧਰੀ ਜੀ ਉਹਨਾਂ ਵੱਲੋਂ ਇਹਦਾ ਜਿਹੜਾ ਨਿਰਮਾਣ ਕਰਾਇਆ ਗਿਆ ਸੀਗਾ ਪੂਰੇ ਸਟੇਡੀਅਮ ਦਾ ਕਾਫੀ ਪੈਸਾ ਲੱਗਾ ਜਿਹੜਾ ਪੈਸਾ ਲੱਗਾ ਕਿਉਂ ਉਹਨੂੰ ਅਨਨੈਸੈਸਰੀ ਵੇਸਟ ਕਰ ਰਿਹਾ ਮੈਂ ਇੱਧਰ ਆਓ ਤੁਹਾਨੂੰ ਦਿਖਾਉਣਾ ਚੋਰਾਂ ਨੇ ਕਿੱਦਾਂ ਤਰਕੀਬਾਂ ਬਣਾਈਆਂ ਹੈਗੀਆਂ ਚੋਰ ਬੰਦਾ ਉਹੀ ਚੋਰੀ ਕਰਦਾ ਪਿਆ ਆ ਜਿਹੜਾ ਆਪਣੀ ਨਸ਼ੇ ਦੀ ਪੂਰਤੀ ਲਈ ਇਹ ਸਰੀਆ ਕੱਢਦਾ ਪਿਆ ਹੁਣ ਆਹ ਇੱਥੇ ਮੋਹਰੇ ਤੁਸੀਂ ਆਹ ਨਿਸ਼ਾਨ ਵੀ ਦੇਖ ਸਕਦੇ ਭਾਜੀ ਆਹ ਸਰੀਏ ਦੇ ਨਿਸ਼ਾਨ ਆ ਇਹ ਹੌਲੀ ਹੌਲੀ ਆਹ ਹੁਣ ਸਾਰਾ ਹੀ ਇਹਨਾਂ ਨੇ ਕੱਢਦੇ ਜਾਣਾ ਕੱਢਦੇ ਜਾਣਾ ਸਟੈਪ ਜਿਹੜੇ ਥੱਲੇ ਡਾਊਨ ਉਹ ਦੇਖੋ ਉੱਥੇ ਵੀ ਸਰੀਆ ਦੀਦਾ ਆ ਉੱਪਰ ਦੇਖੋ ਮੈਡਮ ਕੈਮਰਾ ਮਾਰੋ ਇਹ ਸਾਰਾ ਸਾਡਾ ਨੁਕਸਾਨ ਜਿਹੜਾ ਕਰ ਰਹੇ ਨਸ਼ੇੜੀ ਕਰ ਰਹੇ ਆ ਜਦ ਤੱਕ ਆਪਾਂ ਆਉਣਾ ਪ੍ਰਸ਼ਾਸਨ ਅੱਗੇ ਵੀ ਮੇਰੀ ਬੇਨਤੀ ਆ ਸਰਕਾਰ ਅੱਗੇ ਵੀ ਬੇਨਤੀ ਆ
ਵੀ ਨਸ਼ੇ ਨੂੰ ਵੀ ਨੱਥ ਪਾਣੀ ਬਹੁਤ ਜ਼ਰੂਰੀ ਆ ਤਾਂ ਜੋ ਕੋਈ ਏਦਾਂ ਦੇ ਖੇਡ ਸਟੇਡੀਅਮ ਵੀ ਬਚਾ ਸਕੀਏ ਕਿਉਂਕਿ ਉਹਨਾਂ ਨੇ ਦੇਖ ਲਓ ਤੁਸੀਂ ਇੱਟਾਂ ਤੱਕ ਕੀ ਸਰੀਆ ਤੱਕ ਨਹੀਂ ਛੱਡਿਆ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਅਸੀਂ ਲੋਕਾਂ ਨੂੰ ਕੀ ਸੇਧ ਦੇਵਾਂਗੇ ਭਾਈ ਜਿੱਦਣ ਇਹ ਢੱਠਣਾ ਸ਼ੁਰੂ ਹੋਇਆ ਚਲੋ ਇੱਕ ਗੱਲ ਆਪਾਂ ਕਰਦੇ ਹਾਂ ਇਹ ਨੂਰ ਮਹਿਲ ਦੇ ਕਿਸੇ ਵੀ ਕੌਂਸਲਰ ਨੂੰ ਜਾਂ ਜਿਹੜੇ ਨੂਰ ਮਹਿਲ ਦੀ ਜਿਹੜੀ ਕਮੇਟੀ ਸੀ ਇੱਥੇ ਦਸਹਿਰਾ ਗਰਾਊਂਡ ਦੀ ਕਮੇਟੀ ਉਹਨੂੰ ਦੱਸਿਆ ਨਹੀਂ ਵੀ ਇੱਕ ਚੀਜ਼ ਇੱਥੋਂ ਟੁੱਟ ਰਹੀ ਆ ਉਹਦੀ ਕੋਈ ਕੰਪਲੇਂਟ ਫਾਈਲ ਕੀਤੀ ਜਾਵੇ ਆਖਰਕਾਰ ਇੱਟਾਂ ਕਿੱਥੇ ਜਾ ਰਹੀਆਂ ਨੇ ਚਲੋ ਮੰਨ ਲਿਆ ਵੀ ਆਪਾਂ ਇੱਕ ਬੰਦੇ ਨੇ ਸਿਰਿਆ ਚੱਕ ਲਿਆ ਹਨਾ ਆਪਾਂ ਸਰੀਆ ਕਰ ਲਿਆ ਉਸ ਤੋਂ ਬਾਅਦ ਇੱਕ ਮਲਬਾ ਥੱਲੇ ਰਹਿ ਗਿਆ ਉਹ ਮਲਬਾ ਵੀ ਤਾਂ ਕੋਈ ਚੋਰੀ ਕਰਕੇ ਲੱਗਿਆ ਹਾਂਜੀ ਹਾਂਜੀ ਹਨਾ ਉਹਦੇ ਬਾਰੇ ਗੌਰ ਨਹੀਂ ਕੀਤਾ ਗਿਆ ਕਿਸੇ ਵੱਲੋਂ ਗੌਰ ਕਰਨਾ ਤਾਂ ਜ਼ਰੂਰੀ ਸੀਗਾ ਮੈਂ ਦੱਸਿਆ ਵੀ ਸਾਰਿਆਂ ਨੂੰ ਵੀ ਦੱਸਦਾ ਰਿਹਾ ਵੀ ਹੌਲੀ ਹੌਲੀ ਜਿਹੜਾ ਸਟੇਡੀਅਮ ਹੈ ਖੋਖਲਾ ਕਰ ਦੇਣਾ ਆ ਇਹੀ ਆਪਣੇ ਕੋਲ ਇੱਕ ਜਿਹੜੀ ਨੂਰ ਮਹਿਲ ਦੇ ਕੋਲ ਗਰਾਊਂਡ ਬਚੀ ਆ ਹੋਰ ਕੋਈ ਗਰਾਊਂਡ ਨਹੀਂ ਹੈਗੀ ਜੇ ਇਹ ਵੀ ਖੋਖਲੀ ਹੋਊਗੀ ਤਾਂ ਆਪਾਂ ਕੀ ਕਰਾਂਗੇ ਇੱਕ ਵਧੀਆ ਸਟੇਡੀਅਮ ਸੀਗਾ ਬਹੁਤ ਇੱਧਰ ਤੁਸੀਂ ਨਿਗਾਹ ਮਾਰੋ ਬਹੁਤ ਵਧੀਆ ਸਟੈਪ ਹੈਗੇ ਬੈਠ ਕੇ ਬੰਦੇ ਦੇਖਦੇ ਆ ਦੁਸਹਿਰੇ ਵਾਲੇ ਦਿਨ ਇੱਥੇ ਬੜਾ ਰਸ਼ ਹੁੰਦਾ ਆ ਕਿਉਂਕਿ ਹੁਣ ਜਿੱਦਾਂ ਆ ਸਰੀਆ ਵੀ ਕੱਢਿਆ ਨਾ ਮੈਂ ਇਹ ਨਹੀਂ ਚਾਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹਾਦਸਾ ਵੀ ਵਾਪਰ ਸਕਦਾ ਕੋਈ ਬੈਠਾ ਹੀ ਹੋਵੇ ਸਟੈਪ ਤੇ 10 12 ਬੰਦੇ ਬੈਠੇ ਹੋਣ ਭਾਰ ਹੋਵੇ ਤਾਂ ਥੱਲੇ ਡਿੱਗ ਜਾਣ ਕਿਸੇ ਇਦਾਂ ਦਾ ਅਚਨਚੇਤ ਹਾਦਸਾ ਨਾ ਹੋਵੇ ਸੋ ਇੱਕ ਗੱਲ ਤਾਂ ਇਹ ਆ ਵੀ ਇਹਨਾਂ ਦੇ ਜਿਹੜੇ ਚੋਰ ਆ ਇਹਨਾਂ ਨੂੰ ਕਿਸੇ ਨਾ ਕਿਸੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਪਤਾ ਲੱਗ ਜਾਵੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ ਅੱਛਾ ਕੁਛ ਚਸ਼ਮਦੀਦ ਸੀ ਸਾਡੀ ਜਿਹਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਲਗਭਗ ਤੜਕੇ 4 ਵਜੇ ਇੱਕ ਟਰਾਲੀ ਖੜਦੀ ਇੱਥੇ ਆ ਕੇ ਉਹ 'ਚ ਮਲਵਾ ਸੱਟਿਆ ਜਾਂਦਾ ਆ ਅਤੇ ਸੱਲੀ ਦੇ ਨਾਲ ਉਹ ਸਮਾਨ ਇੱਥੋਂ ਚੱਕ ਕੇ ਲੈ ਕੇ ਜਾਂਦੇ ਆ ਠੀਕ ਹੈ ਜੀ ਅਤੇ ਜਦੋਂ ਦੁਬਾਰਾ ਉਹ ਟਰਾਲੀ ਲੈ ਕੇ ਆਉਂਦਾ ਤਾਂ ਉਹ ਦਬਕਾ ਮਾਰਿਆ ਜਾਂਦਾ ਅਤੇ ਉਹ ਉੱਥੋਂ ਉਹ ਛੁੱਪਾ ਜਾਂਦੇ ਆ ਸਮਾਨ ਨੂੰ ਲੈ ਕੇ ਅਤੇ ਕੀ ਲੱਗਦਾ ਵੀ ਇਹ ਕੋਈ ਨੂਰ ਮਹਿਲ ਦੇ ਹੀ ਲੋਕ ਨੇ ਜਾਂ ਕਿਤੇ ਇਹਦੇ ਵਿੱਚ ਕੋਈ ਵੱਡੀ ਸਾਜ਼ਿਸ਼ ਆ ਵੀ ਹਾਂ ਵੀ ਹੁਣ ਇਹਨੂੰ ਢਾ ਕੇ ਇਹਦੇ ਵਿੱਚ ਕੁਛ ਹੋਰ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਰਮਾਣ ਹੁਣ ਇੱਥੋਂ ਵੱਡਾ ਨਿਰਮਾਣ ਕੀ ਕਰਨਾ ਹੈ ਪਿੱਛੇ ਝੂਲੇ ਵਗੈਰਾ ਲੱਗ ਜਾਂਦੇ ਸੀਗੇ ਅਤੇ ਅੱਗੇ ਸਾਰਾ ਜਿਹੜਾ ਗੈਦਰਿੰਗ ਹੁੰਦੀ ਸੀ ਦੁਸਹਿਰੇ ਦੀ ਹੁਣ ਅਸੀਂ ਇੱਥੇ ਵਧੀਆ ਬੱਚੇ ਬਹੁਤ ਆਉਂਦੇ ਸ਼ਾਮ ਬਟ ਮੈਂ 2 ਟਾਈਮ ਜ਼ਰੂਰ ਗੇੜਾ ਸਵੇਰੇ ਸ਼ਾਮ ਗੇੜਾ ਮਾਰਦਾ ਹਾਂ ਹੁਣ 4 ਵਜੇ ਤੜਕੇ ਦੀ ਤੁਸੀਂ ਗੱਲ ਕਰਦੇ ਆ ਮੈਂ ਨਹੀਂ ਆਇਆ ਬਟ ਜੇ ਜਿਹੜੇ ਚਸ਼ਮਦੀਦ ਆ ਉਹ ਕਿਤੇ ਚਲੋ ਮੈਨੂੰ ਪਰਸਨਲੀ ਵੀ ਦੱਸ ਦੇਣ ਆਪਾਂ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਵੀ ਲੈਟਰ ਦੇ ਕੇ ਕਰਵਾਵਾਂਗੇ ਪ੍ਰਸ਼ਾਸਨ ਨੂੰ ਨਹੀਂ ਕਿਤੇ ਇਹ ਤਾਂ ਨਹੀਂ ਹੈਗਾ ਵੀ ਦੁਸਹਿਰਾ ਗਰਾਊਂਡ ਬਹੁਤ ਵੱਡੀ ਪਿੱਛੇ ਨੂੰ ਜੇ ਇੜਕਾ ਕੱਢ ਲਈਏ ਤਾਂ ਪਿੱਛੇ ਨੂੰ ਗਰਾਊਂਡ ਬੜੀ ਵੱਡੀ ਚੱਲ ਜਾਂਦੀ ਆ ਕਿਤੇ ਇਹ ਤਾਂ ਨਹੀਂ ਵੀ ਹਾਂ ਵੀ ਚੱਲ ਥੋੜਾ ਥੋੜਾ ਕਰਕੇ ਇਹਨੂੰ ਕਰ ਹੀ ਦਈਏ ਵੀ ਚੱਲ ਯਾਰ ਬਾਅਦ ਜਾ ਕੇ ਟੱਟ ਗਿਆ ਬਾਅਦ ਕਿਹਨੇ ਕੀ ਪੁੱਛਣਾ ਨਹੀਂ ਨਹੀਂ ਇੱਧਰ ਤਾਂ ਨਹੀਂ ਕੋਈ ਗੱਲ ਹੈਗੀ ਇਹ ਤਾਂ ਸਾਰਿਆਂ ਨੂੰ ਸ਼ਹਿਰ ਵਾਸਤੇ ਆ ਜੀ ਸ਼ਹਿਰ ਵਾਸੀਆਂ ਦਾ ਵੀ ਬਣਦਾ ਆ ਵੀ ਉਹ ਵੀ ਜੇ ਕੋਈ ਦੇਖਦਾ ਆ ਸਹਿਯੋਗ ਕਰਨ ਦੱਸਣ ਕਿਸੇ ਨਾ ਕਿਸੇ ਨੂੰ ਸਾਨੂੰ ਦੱਸਣ ਜਾਂ ਕਮੇਟੀ 'ਚ ਹੋਰ ਵੀ ਕਮੇਟੀ ਘਰ ਸ਼ਿਕਾਇਤ ਕਰ ਦੇਣ ਵੀ ਜਿਹੜਾ ਜਿਹੜੀ ਹੈਗੀ ਆ ਵੀ ਦੁਸਹਿਰਾ ਗਰਾਊਂਡ ਦੇ ਵਿੱਚ ਆਹ ਕੰਮ ਹੁੰਦਾ ਕੋਈ ਦੱਸਦਾ ਨਹੀਂ ਉਹੀ ਬਿੱਲੀ ਨੂੰ ਕਬੂਤਰ ਦੇ ਕੇ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਉਹੀ ਹਿਸਾਬ ਆ ਇੱਥੇ ਆਪਣੀ ਆਪਣੀ ਸਾਰੇ ਬੀਨ ਵਜਾਈ ਜਾਂਦੇ ਆ ਦੱਸਣ ਦੀ ਪ੍ਰਯਾਸ ਨਹੀਂ ਕਰਦੇ ਪਏ ਹੈਗੇ ਚੋਰ ਨੂੰ ਆਪਾਂ ਕਿੰਨਾ ਚਿਰ ਲੁਕੋ ਕੇ ਰੱਖਾਂਗੇ ਇੱਕ ਦਿਨ ਤਾਂ 100 ਦਿਨ ਕਹਿੰਦੇ ਚੋਰ ਦਾ ਇੱਕ ਦਿਨ ਸਾਧ ਦਾ ਇੱਕ ਦਿਨ ਸਾਧ ਦਾ ਆਉਣਾ ਹੀ ਹੈ ਫੜਦਾ ਆਉਣਾ ਹੀ ਹੈ ਕਿਤੇ ਨਾ ਕਿਤੇ ਪਰ ਇਹ ਗੱਲ ਆ ਵੀ ਇਹ ਆਪਣੀ ਨਹੀਂ ਇਹ ਸਾਰਿਆਂ ਦੀ ਪਬਲਿਕ ਦੀ ਪ੍ਰਾਪਰਟੀ ਆ ਇਹਨੂੰ ਕਿੱਦਾਂ ਸੇਫ ਰੱਖਣਾ ਇਹ ਸਾਰੀ ਪਬਲਿਕ ਨੂੰ ਚਾਹੀਦਾ ਇੱਕ ਮੁੱਠ ਹੋ ਕੇ ਇਹਦੇ ਅਗੇਂਸਟ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਅੱਛਾ ਵੀ ਤੁਸੀਂ ਇੱਕ ਗੱਲ ਵੀ ਕਹਿੰਦੇ ਵੀ ਜਿਹੜੀ ਇੱਟਾਂ ਦਾ ਵੀ ਸਾਨੂੰ ਪਤਾ ਵੀ ਇੱਟਾਂ ਕਿੱਥੇ ਜਾ ਰਹੀਆਂ ਨੇ ਪਤਾ ਕੁਝ ਵੀ ਕਿਹੜੇ ਬੰਦੇ ਨੇ ਕ੍ਰੇਟਾਂ ਨੇ ਵੀ ਕਿੱਥੇ ਨਹੀਂ ਜੇ ਆਪਾਂ ਐਜ਼ ਇੱਕ ਕਾਨੂੰਨੀ ਤੌਰ ਤੇ ਆਪਾਂ ਕਿਤੇ ਜਿਹੜੇ ਜਿੱਥੇ ਤੁਹਾਨੂੰ ਪਤਾ ਆਵੇ ਉੱਥੇ ਕਾਨੂ੨ੀ ਤੌਰ ਤੇ ਛਾਪੇਮਾਰੀ ਕਰਵਾਈਏ ਤੇ ਹੋ ਸਕਦਾ ਉੱਥੇ ਕੁਛ ਨਾ ਕੁਛ ਬਰਾਮਦ ਹੋਈਆਂ ਤਾਂ ਉਹਨਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਮੈਚਿੰਗ ਹੋ ਜਾਣੀ ਭਾਜੀ ਮਾਰਕੇ ਦੇ ਨਾਲ ਹੁਣ ਆਜੋ ਆਪਾਂ ਮਾਰਕਾ ਵੀ ਚੈੱਕ ਕਰ ਲੈਂਦੇ ਆ ਜਿਹੜਾ ਮਾਰਕਾ ਹੈਗਾ ਉਹਨਾਂ ਨਾਲ ਮੈਚਿੰਗ ਹੋਗੀ ਆਪ ਹੀ ਆਪਣੇ ਆਪ ਹੀ ਫੜੇ ਹੋ ਜਾਣੇ ਆ ਬੰਦੇ ਆ ਦੇ ਫੋਨ ਸਲੈਪਾਂ ਦੀਆਂ ਸਲੈਪਾਂ ਥੱਲੇ ਉਹ ਵੀ ਸਰੀਆ ਖੋਖਲਾ ਕਰਕੇ ਕੱਢਿਆ ਆ ਇੱਟਾਂ ਥੋੜੋ ਆ ਇੱਥੇ ਮਾਰਕਾ ਹੋਣਾ ਇਹਦੇ ਵਿੱਚ ਟੀ ਕੁਛ ਇਦਾਂ ਹੀ ਕੁਛ ਹਾਂਜੀ 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 ਨਹੀਂ ਉਹ ਤਾਂ ਆਪਾਂ ਮਾਰਕਾ ਦੇ ਵਿੱਚ ਚੈੱਕ ਉਹ ਭਈਆ ਭਈਆ ਉਹ ਦੇਖੋ ਉਧਰ ਪਿੱਛੇ ਪਈਆਂ ਨੇ ਟੀ ਬੀ ਟੀ ਆਰ ਐਸ ਭਾਜੀ ਹਾਂਜੀ ਹਾਂਜੀ ਟੀ ਆਰ ਐਸ ਦਾ ਮਾਰਕਾ ਹੈ ਇਹ ਆਪ ਹੀ ਪਤਾ ਲੱਗ ਜਾਣਾ ਜੀ ਹਾਂ ਲਾਗੇ ਛਾਗੇ ਹੋਈਆਂ ਤਾਂ ਅੱਛਾ ਅੱਛਾ ਭਾਈ ਇਹਦੇ ਵਿੱਚ ਇੱਕ ਚੀਜ਼ ਆ ਰਹੀ ਆ ਸਾਹਮਣੇ ਸਾਡੇ ਕੋਲ ਜਦੋਂ ਗੱਲ ਪਹੁੰਚਦੀ ਆ ਸਾਨੂੰ ਇਹ ਦੱਸਿਆ ਜਾਂਦਾ ਆ ਵੀ ਇਹਦੇ ਵਿੱਚ ਇਹਨੂੰ ਢਾਉਣ ਦੇ ਲਈ ਜੰਗ ਬਹਾਦਰ ਕੋਹਲੀ ਹੁਣੀ ਜੰਗ ਬਹਾਦਰ ਕੋਹਲੀ ਜਿਹੜੇ ਆਪਣੇ ਐਸਟਮ ਆਪਣੇ ਹੈਗੇ ਆ ਵਾਈਸ ਪ੍ਰਧਾਨ ਨੇ ਠੀਕ ਹੈ ਜੀ ਤੇ ਨਾਲ ਦੀਪੂ ਕੌਂਸਲ ਕਹਿੰਦੇ ਹੱਥ ਦੇ ਵਿੱਚ ਇਹਦੇ ਬਾਰੇ ਥੋੜਾ ਸਪਸ਼ਟੀਕਰਨ ਦੇ ਦਿਓ ਵੀ ਇਹ 'ਚ ਦੀਪੂ ਨੂੰ ਕੀ ਫਾਇਦਾ ਵੀ ਕਿ ਦੀਪੂ ਵੱਡੀ ਗਰਾਊਂਡ ਕਰਕੇ ਕੁਛ ਇਹਦੇ ਵਿੱਚ ਕੰਸਟਰਕਸ਼ਨ ਕਰਨੀ ਹੈ ਗਰਾਊਂਡ ਆਹੀ ਬਹੁਤ ਆ ਬਟ ਇਹ ਗੱਲ ਆ ਹੁਣ ਜੰਗ ਬਹਾਦਰ ਕਿ ਉਹ ਆਪਣਾ ਥੋੜਾ ਜੀ ਉਹਨੂੰ ਵਿਚਾਰੇ ਨੂੰ ਕੀ ਲੋੜ ਆ ਉਹਦਾ ਸਵਾਰਦਾ ਪਿਆ ਹਰ ਪਾਸੇ ਉਹਨੂੰ ਮੰਦਰਾਂ ਤੇ ਵਿਚਾਰਾ ਨਿਰਮਾਣ ਕਰਾਉਂਦਾ ਪਿਆ ਇਹ ਜੰਗ ਬਹਾਦਰ ਦੀ ਕੋਈ ਨਹੀਂ ਇਦਾਂ ਨਾ ਮੇਰੀ ਕੋਈ ਸਾਜ਼ਿਸ਼ ਆ ਵੀ ਅਸੀਂ ਇਹਨੂੰ ਢਾ ਕੇ ਜਾਂ ਅੱਗੇ ਵਧਾਉਣ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇਹ ਤਾਂ ਚਲੋ ਲੋਕੀ ਜੋ ਗੱਲਾਂ ਕਰਦੇ ਆ ਉਹ ਵੀ ਸਿਰ ਮੱਥੇ ਆ ਕਰੀ ਜਾਂਦੇ ਕੋਈ ਗੱਲ ਨਹੀਂ ਇਦਾਂ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਜੇ ਕੋਈ ਚੰਗਾ ਕਰਦਾ ਉਹਨੂੰ ਮਾੜਾ ਵੀ ਕਹਿਣਾ ਹੀ ਹੁੰਦਾ ਕਿਸੇ ਨਾ ਕਿਸੇ ਨੇ ਕੋਈ ਜੰਗ ਬਹਾਦਰ ਦਾ ਹੱਥ ਨਹੀਂ ਨਾ ਮੇਰਾ ਹੱਥ ਆ ਪਰ
शुरू करता भी एक छोटी छोटी जगह तो विचों चीज़ा कढ़िया करनिया पूरिया करतिया पर वो इन्नी क हल्लाशेरी उन्होंने मिल गई नहीं वो लगभग दो महीने च लगातार स्टेडियम थलो खोखला करके लै गया टाइम असं कई वे नौ नौ बजे तक भी इतने जागते रहे आते रहे उदो कोई नहीं हों जिमें तुम दस तड़के चार बजे हूँ कई वे सू नहीं पता टाइमिंग का थोड़ा पता लगा कोई गल नहीं कोशिश करा चार बजे उठन की भी देखा निगाह रखा बट ये गल है ना भी नशेड़ी देखो हम अपनी नशे की पूर्ति की कुछ कर सकते हैं कलू इन्होंने अपने घर तक भी आना है ये ना सोचो स्टेडियम इतने किसी निगाह इन्होंने अपने घर चो भी चोरिया करनी है अच्छा भाई एक चीज़ होर भी है जो ये चीज़ पता लगी ढटनी शुरू हो गई है ना भी चलो तुम्हें भी पता लगे भी चोरी होने शुरू हो गया फिर इतने पुलिस के कोल प्रधान ज कोई भी होर अपने नूरमहल की क्यों लिखती च देना कारवाई हमेशा जल्दी होंगी होंगी जवानी कहना क्या सुनिया कटता भाई एक स्टेडियम से जिते लगभग म्यूनसीपल जी अपनी कारपोरेशन अपने कौंसलर है 5 लाख की ग्रांट लगी हुई है पढ़ता पैया लागत का भी किन्ने पैसे लगे को लगा जी उधर भी लगा होना पौड़ियां उत्ते लिखा हुआ सगा अच्छा हाँ जी हाँ जी ਕਵਾਂਗੇ ਵੀ ਜਿਹੜੇ ਕਮੇਟੀ ਮੈਂਬਰਸ ਨੂੰ ਵੀ ਚਾਹੀਦੇ ਸਾਨੂੰ ਵੀ ਚਾਹੀਦਾ ਸੀ ਚਲੋ ਮੈਂ ਹੁਣ ਨਵਾਂ ਜੁੜਿਆ ਹੈਗਾ ਪਰ ਫਿਰ ਵੀ ਮੈਂ ਕਹਿੰਦਾ ਸੀਗਾ ਵੀ ਇਹਨੂੰ ਰਿਟਰਨ ਦੇ ਵਿੱਚ ਦੱਸਣਾ ਸੀ ਤਾਂ ਔਰ ਦੇਖ ਰੇਖ ਕਰਨੀ ਪੈਣੀ ਸੀ ਕਿਉਂਕਿ ਇਹਦੀ ਮੇਨਟੇਨੈਂਸ ਬਹੁਤ ਜ਼ਰੂਰੀ ਹੈਗੀ ਸੀਗੀ ਹਰ ਸਾਲ ਦਾ ਦੇਖੋ ਦੁਸਹਿਰਾ ਆਉਂਦਾ ਆ ਤਿਉਹਾਰ ਆਉਂਦਾ ਆ ਦੁਸਹਿਰਾ ਪਰ ਬਹੁਤ ਵੱਡੇ ਲੈਵਲ ਤੇ ਇੱਥੇ ਮਨਾਇਆ ਜਾਂਦਾ ਬਹੁਤ ਵੱਡੇ ਲੈਵਲ ਤੇ ਕੱਲ ਨੂੰ ਕੋਈ ਹਾਦਸਾ ਇੱਦਾਂ ਦਾ ਵਾਪਰ ਜਵੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਬਿਲਕੁਲ ਉਹਨੂੰ ਫਿਰ ਰਾਮਲੀਲਾ ਕਮੇਟੀ ਨੂੰ ਸਾਡੀ ਨੂੰ ਕਹਾਂਗੇ ਵੀ ਇਹ ਰਾਮਲੀਲਾ ਕਮੇਟੀ ਜ਼ਿੰਮੇਵਾਰ ਉਹਨਾਂ ਨੇ ਦੇਖਿਆ ਨਹੀਂ ਕੁਛ ਕੀਤਾ ਨਹੀਂ ਇਸ ਕਰਕੇ ਸਾਡਾ ਹੀ ਫਰਜ਼ ਬਣਦਾ ਸੀ ਇਹਨੂੰ ਦੇਖ ਰੇਖ ਦੇ ਵਿੱਚ ਇਹਨੂੰ ਰਿਟਰਨ ਲੈਟਰ ਜਿਹੜੀ ਦਿੱਤੀ ਜਾਵੇ ਬਟ ਗੱਲ ਇੱਥੇ ਆ ਜਾਂਦੀ ਹੈ ਨਾਲ ਵੀ ਤੁਰਨਾ ਚਾਹੀਦਾ ਬੰਦੇ ਵੀ ਨਾਲ ਤੁਰਨ ਅੱਛਾ ਭਾਈ ਹੁਣ ਲਗਭਗ ਇਹ ਟੱਟ ਚੁੱਕੇ ਹੈਗਾ ਹਾਂਜੀ ਹਾਂਜੀ ਠੀਕ ਹੈ ਹੁਣ ਇਹਨੂੰ ਹੁਣ ਇਹਦੇ ਵਾਸਤੇ ਅਗਲੀ ਰਣਨੀਤੀ ਕੁਛ ਤੈਅ ਹੋਈ ਆ ਵੀ ਇਹਦਾ ਹੁਣ ਕੀ ਕਰਨਾ ਵੀ ਇਹਨੂੰ ਦੁਬਾਰਾ ਬਣਾਉਣਾ ਹੈ ਜਾਂ ਇਹਦਾ ਕੀ ਕਰਨਾ ਹੈ ਮੈਂ ਤਾਂ ਕਹਿੰਦਾ ਬਣਾਉਣਾ ਚਾਹੀਦਾ ਜੀ ਦੁਬਾਰਾ ਕਿਉਂਕਿ ਜਿੱਥੇ ਹੈਗਾ ਆਲਰੇਡੀ ਹੁਣ ਪਬਲਿਕ ਨੇ ਆਉਣਾ ਹੈਗਾ ਆ ਆਉਣ ਵਾਲੇ ਟਾਈਮ 'ਚ ਬਿਠਾਉਣਾ ਕਿੱਥੇ ਆ ਪਬਲਿਕ ਨੂੰ ਇੰਨਾ ਪੈਸਾ ਵੀ ਲੱਗਾ ਜਿੱਦਾਂ ਮਰਜ਼ੀ ਕਰਕੇ ਉਹਨੂੰ ਬਣਾਉਣਾ ਚਾਹੀਦਾ ਪੂਰਮਲ ਦੇ ਲੋਕਾਂ ਦਾ ਇਹ ਕਹਿਣਾ ਆ ਵੀ ਇਹ ਜਿਹੜੀ ਸਟੇਡੀਅਮ ਇੱਥੋਂ ਢਾਇਆ ਗਿਆ ਹੁਣ ਬਣਾਉਣਾ ਦਾ ਹੈਗਾ ਉਹਨਾਂ ਨੇ ਉਹ ਕਹਿੰਦੇ ਬਣਾਵਾਂਗੇ ਥੋੜ੍ਹਾ ਜਿਹਾ ਪਿੱਛੇ ਜਿਹਾ ਕਰਕੇ ਵੀ ਹਾਂ ਵੀ ਥੋੜ੍ਹੀ ਜਗ੍ਹਾ ਹੋਰ ਖੁੱਲ੍ਹ ਜੂਗੀ ਜਿਹਦੇ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਆ ਹੋਰ ਫੈਸਿਲਿਟੀ ਮਿਲ ਜੂ ਉੱਥੇ ਕਰਨ ਵਾਸਤੇ ਜੇ ਕਿਤੇ ਇਹ ਵੀ ਲੱਗ ਜਾਂਦਾ ਵੀ ਜੇ ਇਹ ਗੱਲ ਸੀ ਤਾਂ ਫਿਰ ਢੋਣ ਦੇ ਵਿੱਚ ਵੀ ਕਿਤੇ ਨਾ ਕਿਤੇ ਹੱਥ ਹੋ ਸਕਦਾ ਇੱਟਾਂ ਕਿੱਥੇ ਗਈਆਂ ਜੇ ਢੋਣ 'ਚ ਹੱਥ ਹੁੰਦਾ ਗੱਲ ਤਾਂ ਇਹ ਹੈ ਵੀ ਸਮਾਨ ਵੀ ਸਾਂਭਦੇ ਨਸ਼ੇੜੀਆਂ चलो ठीक है जी थोड़ी इतनी गल जरूर मानते हैं पर मेन चीज एक बहुत शर्मनाक गल आ भी नूर महल दे विच विकास दी जे गल्लां करिए विकास कार्ज कितें कितें अधूरे रह जांदे आ पर जिहड़े चोर जिहड़े हैगे आ जां जिहड़े नशेई आ उह अपना कार्ज बखूबी तरीके नाल निभा रहे आ उह जिथे चोरी करन लगदे आ पूरे तनो मनो नाल करदे ने देख सकदे हो तुसीं पूरा स्टेडियम ढा के लै गया ते पूरे नूर महल दे जिन्ने भी कौंसलर्स ने जिन्ने भी नूर महल दे हैगे ने कमेटी मैंबर आ उहनां नूं पता तक नहीं लग्गिया ਇੱਥੇ ਹੋ ਕੀ ਗਿਆ ਸੋ ਥੈਂਕ ਯੂ ਸੋ ਮਚ ਜੀ ਤੁਸੀਂ ਬਟਵਾ ਚਨਕਾਟਾ ਟੀਵੀ ਦੇ ਨਾਲ ਧੰਨਵਾਦ।